दीप अपने घरे एक निक्का जा बेबी आ गया। चल दीप आ जा, तेरी दीदी आ गई। तू पहले ही तेल चोर नूं तैयार रह कर। ले वीरे तेल चोना नी, नवा जी घर च आया। चोला चोला चलो तुसी देखो फिर मैं बाहर ना डब्बा डुब्बा बन दिया वहाँ है। ठीक है। बर्फी लेनी है? हाँ हाँ। ठीक है। चल मनप्रीत तू बैठ, मैं भाभी लिए दूध बना के लेके आई। लो भाभी माड़ा फड़ायो। बुआ मैनू भी दिखाइयो मेरी छोटी भैन कह जी है। ले देख ला जमा ही तेरे वर्गी आ, छोटी जी सोहनी जी क्यूट जी। नहीं यही तो रब का कमाल है, सोनिया तो बथेरिया बना के भेजदा है पर सोनिया नु की करे बंदा चट्टे। हाँ
ਬਿੰਦੂ ਤੇਰੇ ਫੇਰ ਕੁੜੀ ਹੋ ਗਈ ਹੈਗੀ ਤਾਂ ਸੀ ਆ ਇੱਕ ਇਹਦੀ ਕੀ ਲੋੜ ਸੀ ਦੀਪ ਪੁੱਤ ਜਾ ਬਾਹਰ ਜਾ ਕੇ ਖੇਲ ਤੂੰ ਮੈਂ ਇਹਨੂੰ ਕਾਤੇ ਬਾਹਰ ਭੇਜਦਾ ਬੈਠੇ ਰਹਿੰਦੇ ਨੂੰ ਇੱਥੇ ਕੋਈ ਨਾ ਚਾਚੀ ਜਾ ਲੈਣ ਦੇ ਇਹਦੇ ਕਰਮ ਇਹਦੇ ਨਾਲ ਨੇ ਤੇ ਉਹਦੇ ਕਰਮ ਉਹਦੇ ਨਾਲ ਨਾਲੇ ਇੱਕ ਗੱਲ ਦੱਸਾਂ ਅਸੀਂ ਕਦੇ ਮੁੰਡੇ ਤੇ ਕੁੜੀ 'ਚ ਫਰਕ ਨਹੀਂ ਰੱਖਿਆ ਤੈਨੂੰ ਕੀ ਫਰਕ ਪੈਣਾ ਤੇਰਾ ਤਾਂ ਮੁੰਡਾ ਹੈਗਾ ਫਰਕ ਤਾਂ ਦੇਵ ਨੂੰ ਪਊ ਜਿਹਦੀ ਕਬੀਲਦਾਰੀ ਭਾਰੀ ਹੋ ਗਈ ਨੀ ਮਿੰਦੋ ਤੂੰ ਟੈਸਟ ਟੂਸਟ ਹੀ ਕਰਾ ਲੈਂਦੀ ਨੀ ਜਿੱਦਾਂ ਦਾ ਮਾਹੌਲ ਹੈ ਉਹਦੇ ਹਿਸਾਬ ਨਾਲ ਤਾਂ ਇੱਕ ਹੀ ਨਹੀਂ ਮਾਣ ਤੂੰ ਦੂਜੀ ਜੰਮ ਬੈਠੀ ਗੁੱਸਾ ਲੱਗਿਆ ਹੋਊਗਾ ਮਿੰਦੋ ਮੇਰੀ ਗੱਲ ਦਾ ਪਰ ਇੱਕ ਤੈਨੂੰ ਗੱਲ ਕਹਾਂ ਤੂੰ ਇਹ ਬੱਚਾ ਕਿਸੇ ਲੋੜਵੰਦ ਨੂੰ ਦੇ ਦੇ ਅਤੇ ਅਗਲੀ ਵਾਰ ਤੈਨੂੰ ਮੈਂ ਦਵਾਈ ਦਵਾਊਂ ਦੇਖੀ ਸ਼ਰਤੀਆਂ ਹੀ ਮੁੰਡਾ ਹੋਊ ਤੇਰੇ ਬਸ ਕਰੋ ਚਾਚੀ ਜੀ ਹੋਰ ਨਾ ਕੁਛ ਵੀ ਕਿਉਂ ਭਲਾ ਮੈਂ ਹੈ ਕਿਵੇਂ ਕਿਸੇ ਹੋਰ ਨੂੰ ਦੇ ਦੇਵਾਂ ਮੈਂ ਪੂਰੇ 9 ਮਹੀਨੇ ਨੂੰ ਆਪਣੀ ਕੁੱਖ ਦੇ ਵਿੱਚ ਰੱਖਿਆ ਤਾਂ ਹੁਣ ਤੁਸੀਂ ਕਹਿੰਦੇ ਵੀ ਕਿਸੇ ਹੋਰ ਨੂੰ ਦੇ ਦੇਵਾਂ ਭਲਾ ਇਹਦਾ ਕਸੂਰ ਕੀ ਆ ਵੀ ਇਹ ਕੁੜੀ ਆ ਬਸ ਕਰ ਭਾਬੀ ਤੂੰ ਨਾ ਬੋਲ ਚਾਚੀ ਤੁਸੀਂ ਜਵਾਕ ਦੇਖਣ ਆਏ ਹੋ ਕਿ ਗੱਲਾਂ ਸੁਣਾਉਣ ਆਏ ਹੋ ਉਹ ਐਂ ਗੱਲਾਂ ਸੁਣਾ ਕੇ ਤਾਂ ਤੁਸੀਂ ਭਾਬੀ ਨੂੰ ਸ਼ੀਲੇ 'ਚ ਪਈ ਨੂੰ ਰੋਗ ਲਾ ਦੋਗੇ ਉਹ ਮੈਂ ਜੋ ਕਹਿੰਦੀ ਹਾਂ ਨਾ ਸੱਚ ਹੀ ਕਹਿੰਦੀ ਹਾਂ ਅੱਜ ਨਹੀਂ ਤੈਨੂੰ ਪਤਾ ਲੱਗਦਾ ਪਰ ਜਦੋਂ ਕੋਈ ਸ਼ਗਨਾਂ ਦਾ ਕੰਮ ਹੋਇਆ ਤੇਰੀ ਭਰਜਾਈ ਨੂੰ ਕਿਸ ਨੇ ਬੁਲਾਇਆ ਨਹੀਂ ਕਿ ਇਹਦੇ ਤਾਂ 2 ਕੁੜੀਆਂ ਵਾ ਵੱਧ ਸ਼ਗਨੀ ਹੋ ਜੂ ਉਦੋਂ ਪਤਾ ਲੱਗੂ ਤੈਨੂੰ ਚਾਚੀ ਤੂੰ ਕੁਝ ਜ਼ਿਆਦਾ ਹੀ ਨਹੀਂ ਬੋਲਦੀ ਪਈ ਉਹ ਭਰਾ ਤਾਂ ਮੇਰਾ ਬਰਫੀ ਵੰਡਦਾ ਫਿਰਦਾ ਮੈਨੂੰ ਲੱਗਦਾ ਤੇਰੇ ਕੱਲੀ ਦਾ ਹੀ ਢਿੱਡ ਦੁਖਦਾ ਨਾ ਢਿੱਡ ਦਾ ਮੇਰਾ ਦੁਖੂਗਾ ਹੀ ਚਾਚੀ ਆ ਮੈਂ ਦੇਵ ਦੀ ਨਾ ਤੂੰ ਮਿੰਦੋ ਇਸ ਵਾਰ ਸਾਰੀ ਗਲੀ ਕਹਿੰਦੀ ਸੀ ਕਿ ਤੇਰੇ ਤਾਂ ਪੱਕਾ ਮੁੰਡਾ ਹੀ ਹੋਣਾ ਪਰ ਤੂੰ ਤਾਂ ਸਾਰੀ ਗਲੀ ਨੂੰ ਝੂਠੇ ਪਾਤਾ ਨਾ ਭੈਣੇ ਮੇਰੀ ਗੱਲ ਸੁਣ ਜੇ ਕੁੜੀ ਹੋ ਗਈ ਫੇਰ ਕੀ ਹੋ ਗਿਆ ਰੱਬ ਨੇ ਜੀ ਦਿੱਤਾ ਅਸੀਂ ਤਾਂ ਹੱਸ ਕੇ ਕਬੂਲਿਆ ਨੀ ਫੁੱਲਾਰਗੀ ਪੋਤੀ ਆ ਮੇਰੀ ਹਲੇ ਹੁਣ ਅਸੀਂ ਹਸਪਤਾਲੋਂ ਘਰੇ ਆਇਆ ਸਾਨੂੰ ਚਾ ਲਾਟ ਤਾਂ ਲਾ ਲੈਣ ਦੀ ਤੈਨੂੰ ਕੀ ਕਾਹੜੀ ਪੈ ਗਈ ਆਉਣ ਦੀ ਇੰਨੀ ਛੇਤੀ ਨੀ ਸਾਰੀ ਗਲੀ 'ਚ ਹਾਹਾਕਾਰ ਮਚੀ ਹੋਈ ਸੀ ਕਿ ਮਿੰਦੋ ਨੇ ਫੇਰ ਕੁੜੀ ਹੋ ਗਈ ਜੋਟਾ ਹੋ ਗਿਆ ਕੁੜੀਆਂ ਦਾ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਬੁਰੀ ਖੁਸ਼ ਆ ਨੀ ਖੁਸ਼ ਹੋਵਾਂ ਨਾ ਮੇਰੀ ਪੋਤੀ ਨੇ ਮੇਰੇ ਘਰੋਂ ਖਾਣਾ ਮੇਰੇ ਘਰੋਂ ਪਹਿਨਣਾ ਲੋਕਾਂ ਦੇ ਪਤਾ ਨਹੀਂ ਕੀ ਢਿੱਡ ਦੁਖਦੇ ਨੇ ਅਸੀਂ ਕਿਹੜਾ ਕਿਸੇ ਨੂੰ ਕੁਛ ਕਹਿਤਾ ਵੀ ਸਾਡੇ ਕੁੜੀ ਹੋਈ ਆ ਤੁਸੀਂ ਖਰਚਾ ਚੱਕ ਲਓ ਲੋਕਾਂ ਨੂੰ ਸਾਰੀ ਊਂ ਟੈਨਸ਼ਨ ਪਈ ਪਈ ਆ ਜਿਵੇਂ ਕੁੜੀ ਦਾ ਖਰਚਾ ਉਹਨਾਂ ਨੇ ਚੱਕਣਾ ਹੁੰਦਾ ਮੇਰਾ ਪੁੱਤ ਖੁਸ਼ ਆ ਮੈਂ ਖੁਸ਼ ਆ ਮੇਰੀ ਨੂੰਹ ਖੁਸ਼ ਆ ਲੋਕੀ ਪਤਾ ਨਹੀਂ ਕਿਉਂ ਦੁਖੀ ਹੋਈ ਜਾਂਦੇ ਨੇ ਮੈਂ ਜਿੰਨਿਆਂ ਨੂੰ ਵੀ ਫੋਨ ਕੀਤਾ ਵੀ ਮੇਰੇ ਪੋਤੀ ਹੋਈ ਆ ਅੱਗੋਂ ਜਵਾਬ ਜੇ ਰੱਬ ਚੰਗੀ ਚੀਜ਼ ਦੇ ਦਿੰਦਾ ਭੈਣ ਦੇ ਪਰੌਂਠਿਆਂ ਨੂੰ ਪੁੱਛੇ ਵੀ ਇਹ ਮਾੜੀ ਚੀਜ਼ ਆ ਉਹ ਸਾਡੇ ਦਿਲ ਤੇ ਦਿਮਾਗ ਵਿੱਚ ਕੋਈ ਗੱਲ ਨਹੀਂ ਇਹੋ ਜੀ ਲੋਕੀ ਪਤਾ ਨਹੀਂ ਪੁੱਠੀਆਂ ਸਿੱਧੀਆਂ ਗੱਲਾਂ ਕਰ ਕਰਕੇ ਕਿਉਂ ਸਾਡੇ ਦਿਮਾਗ 'ਚ ਪਾਈ ਜਾਂਦੇ ਨੇ ਚਲੋ ਫਿਰ ਠੀਕ ਆ ਵਧਾਈਆਂ ਫਿਰ ਤੁਹਾਨੂੰ ਮੈਂ ਚੱਲਦੀ ਹਾਂ ਉਹ ਚੱਲੀ ਕਿੱਥੇ ਆ ਖੜ ਜਾ ਅੱਜ ਤਾਂ ਤੂੰ ਇਹ ਗੱਲ ਕਹਿਤੀ ਜੇ ਅੱਗੇ ਤੋਂ ਕੋਈ ਗੱਲ ਕੀਤੀ ਆ ਨਾ ਅੱਜ ਤੇਰੀ ਆਵਾਜ਼ ਮਾੜੀ ਮੋਟੀ ਨਿਕਲਦੀ ਆ ਇਹ ਵੀ ਬੰਦ ਕਰਕੇ ਰੱਖ ਦੂੰ ਜਿਹੜੇ ਗਵਾਂਢੀ ਤੇਰੇ ਕੋਲ ਗੱਲਾਂ ਕਰਦੇ ਨੇ ਕਹਿਦੀ ਉਹਨਾਂ ਨੂੰ ਜਾ ਕੇ ਜੇ ਮੇਰੀ ਪੋਤੀ ਨੂੰ ਦੇਖਣ ਆਉਣਾ ਨਾ ਖਿੜੇ ਮੱਥੇ ਆਉਣ ਨਹੀਂ ਮੇਰੀ ਦੇੜੀ ਨਾ ਚੜ੍ਹ ਲਾ ਕੇ ਹਾਂ ਹਾਂ ਠੀਕ ਆ ਮੈਂ ਕਹਿ ਦੂੰਗੀ ਹੁਣ ਮੈਂ ਜਾਂਦੀ ਹਾਂ ਕਰਦੀ ਕੀ ਆ ਥੱਥੀ ਜੀ ਮਿੰਦੋ ਪੁੱਤ ਤੈਂ ਟੈਨਸ਼ਨ ਨਹੀਂ ਲੈਣੀ ਇਹੋ ਜਿਹੀਆਂ ਬਥੇਰੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਨੇ ਇੱਕ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਤਕਲੀਫ ਝੱਲੀ ਹੁੰਦੀ ਆ ਉਹਨੂੰ ਬੱਚਾ ਕਿੰਨਾ ਪਿਆਰਾ ਹੁੰਦਾ ਮੰਮੀ ਮੈਨੂੰ ਮਾਣ ਆ ਤੁਹਾਡੇ 'ਤੇ ਜੇ ਸੱਸ ਹੋਵੇ ਤਾਂ ਤੁਹਾਡੇ ਵਰਗੀ ਹੋਵੇ ਪੁੱਤ ਮੈਂ ਤੇਰੀ ਸੱਸ ਨਹੀਂ ਮੈਂ ਤੇਰੀ ਮਾਂ ਆ ਅਤੇ ਮੈਂ ਤੁਹਾਡੀ ਨਣਦ ਨਹੀਂ ਮੈਂ ਤੁਹਾਡੀ ਭੈਣ ਆ ਰੱਬ ਇੱਦਾਂ ਦਾ ਸਹੁਰਾ ਪਰਿਵਾਰ ਹਰੇਕ ਨੂੰ ਦੇਵੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਉਹਨਾਂ ਦਾ ਤਹਿ ਦਿਲੋਂ ਥੈਂਕਸ ਕਰਦੇ ਹਾਂ ਜੀ ਇਹ ਸਿਰਫ ਕਿਸੇ ਇੱਕ ਦੀ ਕਹਾਣੀ ਨਹੀਂ ਬਹੁਤ ਜਣਿਆਂ ਦੀ ਕਹਾਣੀ ਹੈ ਜੀ ਜਦੋਂ ਵੀ ਕਦੇ ਵੀ ਕਿਸੇ ਦੀ ਵੀ ਧੀ ਹੁੰਦੀ ਹੈ ਨਾ ਪਰਿਵਾਰ ਦੇ ਵਿੱਚੋਂ 2 ਜਾਂ 3 ਬੰਦੇ ਇਹੋ ਜਿਹੇ ਹੁੰਦੇ ਆ ਮਤਲਬ ਸਾਰੇ ਸ਼ਰੀਕੇ 'ਚੋਂ
दो या तीन बंदे यहोजे होंगे ही होंगे आ जेड़े थोनू तीन गल् कह ही कह तुसी टेस्ट नहीं सी कराया। दूजी गल जे रब चंगा जी दे देंदा। तीजी गल कोई ना धीए हौसला रख। ये तीन गल् धी हूँ तो क्यों कही जाने क्यों और जिन्हों के होई होंगी उन्होंने कोई प्रॉब्लम नहीं होंगी सारा परिवार खुश हों सारे खुश होंगे ने पर एक ना एक यह जहा घटिया इंसान आके यह जी गल कर जरूर दिता। यह जी सोच पहला तो कढ़ दो दिमाग चो कि मुंडे ते कुड़ी च फर्क है पुत्र होना भी जरूरी है पर इहदा ये मतलब नहीं हैगा कि रब नू आपां चैलेंज कर दिए। परमात्मा धी पुत सब नू देवे साडी यही अरदास है धी भी देवे पुत भी देवे। पर जदों हो गया मैंबर घरे आ गया जन्म ले लिया ओ तो बाद मत्थे त्योड़ी क्यों। ये कहानी साडी भी है ये कहानी मेरे सस सहुरा दी भी है एक कहानी मेरी माँ की भी है तो पता नहीं है कहानी किन्या दी है हम मैं एक गल कहूँगा एक घर दे विच चौथी धी है जी मिंदो अपने घर दे विच चौथी धी है चौथी भैन किसी ने यह नाम अक्की रखा सी असी तो अक गए यदा नाम ता अक्की रखा सी अज तुहाडे दिलों ते परिवार के दिलों ते ये राज करती है इहदी किस्मत ये आप लेके आई है इहदी किस्मत उस रब ने पहला लिख के भेजे राज करदियां ना करदियां कि नहीं दस कदे दुख होया किसी गल तो सारिया की किस्मत इदां दी है चार भैणा ने चारे खुश ने। कोई भी बच्चा वो अपनी किस्मत आप लैके आता जे किसी के पहला धी हैगी दोबारा धी हो जाती है उन्होंने इदा इदा दल कही तो इन किसी दे दे जिसे बच्चा नहीं है वो जिन्हें नौ महीने पालिया अपनी कुख के रखिया इन तकलीफा झलिया ने किसी देन वास्ते ने जो तो मुंडे तो बाद मुंडा हो जाता उदो कोई क्यों नहीं कहता भी हाँ तुम इनू दे दो। मेरे खुद ही परसनल आ जो तो मेरे दीप हुई आ मैं खुद को बहुत लोगों ने बहुत गल् कही ने तू आ नहीं सी करवाया जाता दवाइया मिलदिया ने वो नहीं सी होंदिया तो लै होंदिया तू आ कर लेंदी वो टाइम सानू पता कि असी किद्दां फेस किया आन सार आना ऐ मत्थे वट आ के कोले पै के बह जाना भी आ की हो गया। साढ़े घर दे विच अमर तो बाद मेरी बड़ी बेटी हुई जसमीत सानू बहुत खुशी सी जदों दीप हुई सानू तो दुगनी खुशी सी कि दो भैणा कट्ठियां हो गई बई हुण यशू नू खेडण वास्ते कोई जी मिल गया साडे दिलो दिमाग दे विच मुंडे कुड़ी वाला फर्क है ही नहीं सी पर लोकी हाँ, नहीं पर मेरे किते ना किते चलो रब नू हुंदा वी चलो एक पहला बेटी है गया बेटा हो जावे पर मेरी फैमिली दे विच किसे ने भी इदां दे मत्थे शिकन नहीं पाई खिड़े मत्थे कुड़ी दा घर दे विच स्वागत किया पर लोकी रिश्तेदार दूजी कुड़ी हो गई दूजी कुड़ी हो गई। इदां ना करिया करो जी पता की गल आ कई बार दिल दे विच गल हुंदी होई नहीं किसी दे भी नहीं हुंदी परिवार दे विच पर तुसी इह जिहियां गल्लां करके ना सारे दी गल नहीं करदा जिहड़े इदां दीआं करदे ने ओह दिमाग दे विच पा दिंदे ने कि जे कुड़ी जम्मनी तां कोई गुनाह करता। बेनती आ इह ना करिया करो वीडियो नूं शेयर जरूर करिओ पेज नूं लाइक जरूर करिओ ते चैनल नूं सबसक्राइब जरूर करिओ जी फॉलो जरूर करिओ जी तो बैल आईकॉन का बटन जरूर दब दौ ताकि हरेक नोटिफिकेशन थोनू आ जाए असी जो भी वीडियो पाइए तुहाडे कोल भी जे कोई इदा दी स्टोरी है तो सानू जरूर भेजो तो जे कोई शेयर करदा ना ये ना कहा करो कि सानू दिखाउण वास्ते शेयर किया अकल लिया करो उस चीज़ तो। थैंक यू सो मच।